ਇਹ ਸਾਹਮਣੇ ਨੌਜਵਾਨ ਦੇਖ ਰਹੇ ਆ ਆਰਗੈਨਿਕਸ ਸੁਪਰ ਜਿਹੜਾ ਨਾ ਜੀ ਉਹ ਮਿਕਸ ਕਰ ਰਿਹਾ ਵਾ ਯੂਰੀਆ ਖਾਦ ਦੇ ਵਿੱਚ ਤੇ ਅਗਰ ਤੁਸੀਂ ਇਹ ਆਰਗੈਨਿਕਸ ਸੁਪਰ ਜਿਹੜਾ ਨਾ ਟਰਜਨ ਦੀ ਇਹ ਪ੍ਰੋਡਕਟ ਆ ਤੇ ਅਗਰ ਫਾਰਮਰ ਇਸ ਨੂੰ ਇਸਤੇਮਾਲ ਕਰ ਲੈਣ ਖਾਦ ਦੇ ਵਿੱਚ ਪਾ ਕੇ ਛੱਟਾ ਕਰ ਲੈਣ ਤੇ ਇਹਦੇ ਵਿੱਚ ਸਲਫਰ ਵੀ ਮੌਜੂਦ ਆ ਤੇ ਕਾਫੀ ਇਹਦੇ ਵਿੱਚ ਜਿਹੜੇ ਆ ਨਾ ਆਰਗੈਨਿਕ ਮੈਟਰਸ ਜ਼ਿੰਕ ਸਲਫਰ ਇਸ ਤਰ੍ਹਾਂ ਦੀਆਂ ਚੀਜ਼ਾਂ ਦਾ ਇਹ ਕੰਬੀਨੇਸ਼ਨ ਆ ਤੇ ਫਸਲਾਂ ਵਾਸਤੇ ਬੜਾ ਅੱਛਾ ਹੈ ਤੇ ਨਾਲ ਹੀ ਇਹ ਜ਼ਹਿਰ ਦੀ ਥੈਲੀ ਵੀ ਪਈ ਹੋਈ ਹੈ ਇਹ ਵੀ ਫਾਰਵਰਡ ਮਿਕਸ ਕਰ ਰਿਹਾ ਵਾ ਇਹ ਵੀ ਤੁਹਾਨੂੰ ਦਿਖਾਣੇ ਆ ਇਹ ਦੇਖ ਲਓ ਜੀ ਮਿਕਸ ਕਰਨ ਦਾ ਤਰੀਕਾ ਤੇ ਧਾਨ ਦੀ ਫਸਲ ਆ ਜਿਸ ਨੂੰ ਇਸਨੇ ਖੜੇ ਪਾਣੀ ਦੇ ਵਿੱਚ ਛੱਟਾ ਕਰਨਾ ਤੇ ਖੜੇ ਪਾਣੀ ਦੇ ਵਿੱਚ ਛੱਟਾ ਕਰਨ ਦਾ ਮਕਸਦ ਆ ਕਿ ਤਿੰਨ ਦਿਨ ਪਾਣੀ ਜਿਹੜਾ ਨਾ ਉਹ ਖੜਾ ਹੋਣਾ ਜ਼ਰੂਰੀ ਹੈ ਅ ਦੇਖ ਲਓ ਜੀ ਇਹ ਵੀ ਇੱਕ ਪ੍ਰੋਡਕਟ ਇਹ ਦਾਣੇਦਾਰ ਜ਼ਹਿਰ ਦੇ ਨਾਮ ਤੋਂ ਇਹ ਫੈਂਡੀ ਹੈ ਨਵੀਂ ਜਦੀਦ ਕੈਮਿਸਟਰੀ ਹੈ ਤੇ ਆਮ ਫੱਤੂ ਨੱਥੂ ਜ਼ਹਿਰਾਂ ਜਿਹੜੀਆਂ ਨਾ ਉਹ ਤੁਸੀਂ ਇਸਤੇਮਾਲ ਨਾ ਕਰੋ ਅੱਛਾ ਜ਼ਹਿਰ ਆ ਅੱਛੀ ਇਹਦੀ ਕੈਮਿਸਟਰੀ ਹੈ ਫਾਰਮੂਲੇਸ਼ਨ ਵੀ ਅੱਛੀ ਹੈ ਤੇ ਤਿੰਨ ਦਿਨ ਪਾਣੀ ਖੜਾ ਰਵੇ ਤੇ ਬਹੁਤ ਹੀ ਅੱਛਾ ਰਿਜ਼ਲਟ ਆ ਤੇ ਟਾਰਜਨ ਦਾ ਪ੍ਰੋਡਕਟ ਆ ਥੋੜਾ ਨੋਜਮਾਨ ਦਿਖਾ ਵੀ ਦੇ ਵਾਊਚਰ ਸਿੱਧਾ ਕਰ ਲਓ ਜੀ ਇਹ ਫ੍ਰੈਂਡੀ ਦੇ ਨਾਂ ਤੋਂ ਇਹ ਦੇਖ ਲਓ ਜੀ ਤੇ ਇਹ ਹੁਣ ਮਿਕਸ ਕਰਨ ਲੱਗੇ ਆ ਮਿਕਸ ਕਰਨ ਦਾ ਤਰੀਕਾ ਵੀ ਤੁਹਾਨੂੰ ਦੱਸ ਦਿੰਦਾ ਕਿ ਕਿੱਦਾਂ ਇਹ ਮਿਕਸ ਕਰਨਾ ਜੇ ਤੋ ਛੱਟਾ ਲਗਾਏਗਾ ਛੱਟੇ ਦਾ ਤਰੀਕਾ ਵੀ ਤੁਹਾਨੂੰ ਛੱਟਾ ਲਾਉਂਦੇ ਆ ਵੀ ਇਸ ਲਾਈਵ ਨੂੰ ਦਿਖਾਵਾਂਗੇ ਕਿਉਂਕਿ ਇਸ ਵਕਤ ਤੇ ਸਾਡੀ ਜਿਹੜੀ ਧਾਨ ਦੀ ਫਸਲ ਆ ਨਾ ਉਨੂੰ ਦਾਣੇਦਾਰ ਜ਼ਹਿਰ ਜਿਹੜੀ ਹੈ ਨਾ ਜੀ ਉਹ ਪਾ ਦੇਣੀ ਚਾਹੀਦੀ ਹੈ ਲੇਟ ਨਹੀਂ ਕਰਨਾ ਚਾਹੀਦਾ ਤੇ ਜਿਹੜੀਆਂ ਖਾਦਾਂ ਵਾਂ ਉਹ ਵੀ 25 ਤੋਂ 30 ਦਿਨ ਦੇ ਅੰਦਰ ਅੰਦਰ ਮੁਕੰਮਲ ਕਰ ਦੇਣੀਆਂ ਚਾਹੀਦੀਆਂ ਬਜਾਈ ਵੇਲੇ ਤਿੰਨ ਬੋਰੀ ਐਸਐਸਪੀ ਦੇਤੀ ਸੀ ਅੱਫੀ ਏਕੜ ਦੇ ਹਿਸਾਬ ਨਾਲ ਤੇ ਹੁਣ ਚੋਂਕੇ ਦੂਸਰਾ ਪਾਣੀ ਲੱਗਣਾ ਦੂਸਰੇ ਪਾਣੀ ਤੇ ਇਹ ਕੁਝ ਖੇਤ ਜਿਹੜੇ ਉਹਨਾਂ ਨੂੰ ਤੀਸਰਾ ਪਾਣੀ ਲੱਗ ਜਾਣਾ ਜਿਸ ਤਰ੍ਹਾਂ ਅੱਗੇ ਖੇਤ ਨਜ਼ਰ ਆ ਰਿਹਾ ਉਸ ਨੂੰ ਲੱਗੇ ਨੂੰ ਕੋਈ 15-20 ਦਿਨ ਹੋ ਗਏ ਆ ਇਨੂੰ ਲੱਗੇ ਨੂੰ ਹਜੇ 10 ਤੋਂ 12 ਦਿਨ ਤੇ ਇਹ ਕੰਬੀਨੇਸ਼ਨ ਹੈ ਯੂਰੀਆ ਦੇ ਵਿੱਚ ਇਹ ਟਾਜ਼ਨ ਦੇ ਦੋਨੋਂ ਪ੍ਰੋਡਕਟ ਜਿਹੜੇ ਆ ਨਾ ਇਹ ਆਰਗੈਨਿਕ ਸੁਪਰ ਉਹ ਵੀ ਦਾਣੇਦਾਰ ਤੇ ਆ ਜਿਹੜੀ ਫੈਂਡੀ ਆ ਦਾਣੇਦਾਰ ਜ਼ਹਿਰ ਇਹ ਵੀ ਦਾਣੇਦਾਰ ਆ ਤੇ ਛੱਟਾ ਕਰਨਾ ਵੀ ਇਹਦਾ ਆਸਾਨ ਤੇ ਈਜ਼ੀਲੀ ਹੁਣ ਇਹ ਮਿਕਸ ਕਰ ਰਿਹਾ ਵਾ ਮਿਕਸ ਕਰਕੇ ਤੇ ਛੱਟਾ ਲਗਾ ਦੂਗਾ ਤੇ ਮੇਰੇ ਉਹ ਫਾਰਮਰ ਜਿਨ੍ਹਾਂ ਨੇ ਕਿਸਾਨ ਬਾਸਮਤੀ ਔਰ ਕਾਇਨਾਤ ਲਗਾਈ ਹੋਈ ਹੈ ਬਿਲਕੁਲ ਉਹ देर ਨਾ ਕਰਨ 25 30 ਦਿਨ ਦੇ ਅੰਦਰ ਅੰਦਰ ਆਪਦੀ ਖਾਦਾ ਵੀ ਮੁਕੰਮਲ ਕਰਨ ਤੇ ਜਿਹੜੀ ਦਾਣੇਦਾਰ ਜ਼ਹਿਰ ਦੀ ਪਹਿਲੀ ਕਿਸ਼ਤਾ ਉਸ ਨੂੰ ਮੁਕੰਮਲ ਕਰ ਲੈਣ ਤੇ ਦੂਸਰੀ ਕਿਸ਼ਤ ਜਿਹੜੀ ਆ ਉਹ ਵੀ 35 ਤੋਂ 40 ਦਿਨ ਦੇ ਅੰਦਰ ਅੰਦਰ ਦੂਸਰੀ ਕਿਸ਼ਤ ਵੀ ਇਹ ਮੁਕੰਮਲ ਕਰ ਲੈਣ ਅਗਰ ਫਿਰ ਵੀ ਕਿਸੇ ਦਾ ਕੋਈ ਮਸਲਾ ਰਵੇ ਨਾ ਕਿ ਸੁੱਕੀ ਮੁੰਜਰ ਨਿਕਲਦੀ ਆ ਤੇ ਫਿਰ ਮੈਂ مشورہ ਦੇਵਾਂਗਾ ਕਿ ਕਲੋਰ ਪਾਈਰੀ ਫਾਸ 1 ਲੀਟਰ ਜਿਹੜਾ ਨਾ ਉਹ ਫਲੱਡ ਕਰ ਦੇਣਾ ਚਾਹੀਦਾ ਉਹ ਵੀ ਬਿਹਤਰ ਆ ਉਹਦਾ ਵੀ ਬਹੁਤ ਅੱਛਾ ਰਿਜ਼ਲਟ ਆ ਉਹਦਾ ਕਿਸੇ ਕਿਸਮ ਦਾ ਕੀੜਾ ਮਕੋੜਾ ਵੀ ਜਿਹੜਾ ਨਾ ਉਹ ਨਹੀਂ ਰਹਿਣ ਦਿੰਦੀ ਮੈਂਡਕ ਤੱਕ ਹਰ ਚੀਜ਼ ਨੂੰ ਖਤਮ ਕਰ ਦਿੰਦੀ ਹੈ ਜੋ ਜੀ ਨੌਜਵਾਨ ਨੇ ਮਿਕਸ ਕਰ ਲਈ ਆ ਤੇ ਹੁਣ ਝੋੜੀ ਦੇ ਵਿੱਚ ਕੋਈ 10 12 ਕਿਲੋ ਪਾ ਕੇ ਤੇ ਇਸ ਦਾ ਛੱਟਾ ਲਗਾਏਗਾ ਤੇ ਛੱਟਾ ਵੀ ਮਾਸ਼ੱਲਾਹ ਬਹੁਤ ਪਿਆਰਾ ਲਾਉਂਦਾ ਵਾ ਐਕਸਪਰਟ ਆ ਤੇ ਲਾਈਵ ਅਸੀਂ ਤੁਹਾਨੂੰ ਦਿਖਾਉਨੇ ਆ ਛੱਟਾ ਲਾਉਂਦਾ ਵੀ ਦੋਰਾ ਛੱਟਾ ਕਰੇਗਾ ਜੀ ਤੇ ਖਾਦ ਦਾ ਵੀ ਦੋਰਾ ਛੱਟਾ ਆ ਜਾਏਗਾ ਦਾਣੇਦਾਰ ਜ਼ਹਿਰ ਦਾ ਵੀ ਆ ਜਾਏਗਾ ਤੇ ਜਿਹੜੇ ਨਾਮਯਾਤੀ ਮਾਦੇ ਵਾਸਤੇ ਇੱਕ ਆਰਗੈਨਿਕ ਸੁਪਰ ਲਾਇਆ ਹੋਇਆ ਉਸ ਦਾ ਵੀ ਡਬਲ ਛੱਟਾ ਹੋ ਜਾਏਗਾ ਅੱਲਾਹ ਤਾਲਾ ਨੇ ਆਪਦੀ ਰਹਿਮਤ ਕਰ ਦਿੱਤੀ ਹੈ بارش ਹੋਈ ਹੈ ਔਰ ਕਾਫੀ ਜੰਮ ਕੇ ਹੋਈ ਹੈ ਤੇ ਇਸ بارش ਦੇ ਵਿੱਚ ਫਾਇਦਾ ਉਠਾਉਣਾ ਚਾਹੀਦਾ ਦਾਣੇਦਾਰ ਜ਼ਹਿਰਾਂ ਤੇ ਫਰਟੀਲਾਈਜ਼ਰ ਇਹਨਾਂ ਤੇ ਦੇਰ ਨਾ ਕਰੋ ਇਹ ਦੇ ਦਿਓ ਕਿਉਂਕਿ ਉਦਾਂ ਦਾ ਪਾਣੀ ਬੰਦਾ ਆਦੀ ਖੇਚਲ ਖੰਭਲ ਕਰਕੇ ਲਾਉਂਦਾ ਵਾ ਲੇਕਿਨ ਐਦਾਂ ਰਹਿਮਤ ਹੋ ਗਈ ਅੱਲਾਹ ਤਾਲਾ ਦੀ ਬੜਾ ਬੜਾ ਕਰਮ ਹੋਇਆ ਉਹਦਾ ਹਰ ਚੀਜ਼ ਨੂੰ ਤਾਜ਼ਗੀ ਮਿਲ ਗਈ ਆ ਫਸਲਾਂ ਨੂੰ ਜਾਨਵਰਾਂ ਨੂੰ ਇਨਸਾਨਾਂ ਨੂੰ ਅਗਰ ਅਸੀਂ ਦਾਣੇਦਾਰ ਜ਼ਹਿਰ ਲੈਦਾ ਖਲਾਰ ਦੇ ਆਰਗੈਨਿਕਸ ਮੈਟਰ ਜਿਹੜੇ ਉਹ علیحدਾ ਖਲਾਰ ਦੇ ਖਾਦ ਨੂੰ علیحدਾ ਖਲਾਰ ਦੇ ਤੇ ਤਿੰਨ ਦਫਾ ਇਹ ਫਾਰਮਰ ਨੂੰ ਇਹ ਮਸਲੇ ਚ ਦੋ ਚਾਰ ਹੋਣਾ ਪੈਣਾ ਸੀ ਤੇ ਹੁਣ ਇੱਕੋ ਦਫਾ ਹੀ ਇਹ ਤਿੰਨੇ ਚੀਜ਼ਾਂ ਜਿਹੜੀਆਂ ਨਾ ਉਸ ਦਾ ਛੱਟਾ ਹੋ ਰਿਹਾ